औद बिल्ला मैं निष्तवान रजीम बिस्मिल्ला रखमान रहीम सारे संगिया दोस्तों की तकने की माई तरफ असलकुम दोस्तों अस बैठे हाँ कूल चौक ब्लाक फैक्ट्री चौधरी नबील इतना हाजिर नहीं बहरहाल चलो असा उत है बैठे हाँ ये सफ्तर ही है असा बहने खिले इन्होंने भला है नहीं बड़ी इज्जत करने ते बहुत दिहाड़ी की कोई नहीं सी चलाइए पिछले दहाड़े पर शामा नहीं सी बड़े मसरूफ रहे ਹੁਣ ਚਲੋ ਅੱਲਾ ਖੈਰ ਕੀਤੀ ਐ ਦੋ ਦਿਨਾਂ ਮਦ ਰੋਜ਼ੀ ਦੀ ਉਹਦੇ ਪੈਸੇ ਤਾਂ ਘਰ ਰੋਜ਼ਾਂ ਨੂੰ ਮਹੀਨਾ ਬੇ ਲਾਈਆ ਗੱਪਾ ਛਪਾਉਣੀਆਂ ਰਸ ਦੋਸਤੋ ਪੁਰਾਣੀ ਜ਼ੋਰ ਨਹੀਂ ਗੱਲ ਐ ਕਿ ਕੋਈ ਜਣਾ ਫੌਜ ਜੂ ਪੈਨਸ਼ਨ ਆਇਆ ਤੇ ਉਸ ਘਰ ਲੈ ਗਈ ਇਹ ਗੱਲ ਆਖੀ ਭਈ ਮਕਾਨ ਸਾਡੇ ਬੜੇ ਮਾੜੇ ਤੇ ਇਹਨਾਂ ਮਕਾਨਾਂ ਕਿ ਸਿੱਧਾ ਪਦਰਾ ਕਰੀ ਕੇ ਨਾ ਬਣਾਈ ਕਿ ਨਾ ਮਾਈਰ ਵੀ ਜਿਨੇਸਿਸ ਮਾਈਰ ਕੇ ਆਖਣ ਲਗਾ ਜਿਨੇ ਮਕਾਨ ਲਾਜ਼ਮੀ ਬਣਾਣੇ ਮਾਈਰ ਆਖਿਆ ਪੁੱਤਰ ਬਣਾਈ ਕਿ ਨੋ ਦੋ ਕਮਰੇ ਬਣਾਈ ਕਿ ਨੋ ਕੋਈ ਨਾਲ ਕਿ ਜਿਹਨੇ ਜਿਹਨ ਬਣਾਈ ਕਿ ਨੋ ਚਲੋ ਠੀਕ ਆ ਆਪਣੀ ਜ਼ਰੂਰਤ ਨੇ ਮੁਤਾਬਕ ਤਾਂ ਜਣਾ ਕੋਈ ਮਿਸਤਰੀ ਸਾਦ ਉਸਕੀ ਕੰਮ ਸ਼ਮਕੋ ਨਹੀਂ ਸਾ ਲੱਭਣਾ ਬੇਲਾਈ ਸਾ ਜਨਾਨ ਆਣੀ ਕੋਈ ਹੋਰ ਕੰਮ ਕਰੋ ਖਕੜੀਏ ਰੱਖੀ ਕਿ ਨੋ ਸ਼ਾਇਰਾ ਵਿੱਚ ਇਹ ਤੁਸਾਂ ਦੀ ਹਾਲਾਤ ਹੈ ਕਿ ਦਿਹਾੜੀ ਲਾਣੇ ਹੋ ਤਾਂ ਸੱਤ ਦਿਹਾੜੇ ਕਾਰ ਲਵੇਂ ਪੇਰੇ ਨੇ ਹੋ ਉਹ ਗੁਰਾ ਚਲਾ ਗਿਆ ਉਹਨਾਂ ਨੇ ਗਰਾਹ ਤ ਹੈ ਉਸ ਉਸਾਕਾ ਜੀ ਮੈਂ ਮਿਸਤਰੀਆਂ ਨਾਲ ਕੰਮ ਕਰਨਾ ਤੁਸਾਂ ਸੁਣਿਆ ਮਕਾਨ ਸ਼ਨ ਬਣਾਸੋ ਆ ਜੀ ਬਿਲਕੁਲ ਮਕਾਨ ਬਾਰੇ ਅਸੀਂ ਮੇਟ ਲਾਓ ਜੀ ਐਸਟੀਮੇਟ ਜਿਹੜਾ ਲਾਇਆ ਕਣੇ ਛਣੇ ਮਿਸਤਰੀ ਦੱਸੀ ਆ ਇਸ ਤਰ੍ਹਾਂ ਕੁੜਿਆ ਉਸ ਤਰ੍ਹਾਂ ਕਰਿਆ ਹੈ ਘਰ ਮੂੜੀ ਦਾ ਨਾਨੀ ਜਾਣਾ ਮਹੀਨੇ ਇੱਕ ਨਕਮ ਲੱਭੀ ਗਿਆ ਉਸਾ ਕਿਹਾ ਮਹੀਨੇ ਨੇ ਕਿਸ ਤਰ੍ਹਾਂ ਲੱਭੀ ਗਿਆ ਆ ਦੋ ਕਮਰੇ ਰੇ ਤੇ ਇੱਕ ਕਿਚਨ ਹੈ ਉਸਾ ਕਿਹਾ ਇਹ ਤੇ ਚਾ ਸੱਤਾਂ ਅੱਠਾਂ ਦਿਹਾੜਿਆਂ ਨਕਮ ਹੈ ਉਸਾ ਕਿਹਾ ਤੇ ਮੇ ਸੱਤਾਂ ਅੱਠਾਂ ਦਿਹਾੜੇ ਚ ਜਾਨ ਛੋੜ ਸਾਂ ਤੇ ਕੁਰੇ ਜਾਨ ਛੁੱਟ ਸੀ ਨਾ ਮੈਂ ਕੋਸ਼ਿਸ਼ ਹੀ ਆ ਜ਼ਹਿਨ ਹੀ ਆ ਬਣਾਇਆ ਹੋਵੇ ਮਹੀਨਾ ਕਿ ਲਾਸਾਂ ਦਿਹਾੜੇ ਬਹੁਤ ਸਾਰੇ ਲਾਈ ਸਟੇਸ ਕਿਚਨ ਬਣਾਈ ਸਟਿਆਸ ਸੀ ਮਕਾਨ ਵੀ ਬਣਗੇ ਮਾਈ ਰਗੀ ਪੁੱਤਰਾ ਆਖਿਆ ਜੁਲੋ ਤੱਕੋ ਤੇ ਮਿਸਤਰੀ ਵੀ ਆਣਾ ਮਾਈ ਜੀ ਛੋ ਤੱਕੋ ਕੋਈ ਹੋਰ ਫੇਰ ਫਰਕ ਪੁਰਾਣੇ ਬੰਦੇ ਹੋ ਦਸੋ ਕੋਈ ਫੇਰ ਫਰਕ ਰਹਿਣਾ ਤਾਂ ਉਹ ਮੈਂ ਕੱਢੀ ਜਾ ਆਜ ਆਖਰੀ ਦਿਹਾੜ ਹੈ ਮਾਈ ਰਜ ਰਕਿ ਤਰਾ ਇਹ ਤਰਾ ਤੱਕਿਆ ਨੇ ਇਤਰਾ ਚੁੱਲਾ ਬਣਿਆ ਵਾ ਤੇ ਆਖਣ ਲਗੇ ਪੁੱਤਰੇ ਧੂਆਂ ਨਿਕਲੇ ਲਿ ਜਾ ਕੋਨੇ ਰੱਖੀ ਧੂਆਂ ਕੁਥੋਂ ਨਿਕਲਸੀ ਇਹ ਤਾਂ ਪਰੂਵ ਬੰਦ ਹੈ ਤੇ ਛੱਤ ਤੇ ਧੂਆਂ ਸਾਰਾ ਅੰਦਰ ਕੋਈ ਅੰਗੀ ਠੀਠੀ ਬਣਾਈ ਸਟੋਵਰ ਤੇ ਧੂਆਂ ਨਿਕਲੀ ਗੇ ਸ਼ੈਰ ਕਾਪੀ ਚਾਹੀ ਸੀ ਦਿੱਤਾ ਜੀ ਤਾਂ ਅਖਰ ਲਗਾ ਮੈਂ ਜਿਲ੍ਹਾ ਸਾਹਿਬ ਕੀਤਾ ਨਾ ਦਿਹਾੜੀਆਂ ਨਾਲ ਤੁਸੀਂ ਆਂਜਾਂ ਆਂਜਾਂ ਜੂ ਪਿਆਰ ਨਿਕਲਦੀ ਇਧਰੋਂ ਨਿਕਲੇ ਨਹੀਂ ਲੋੜ ਹੀ ਨਹੀਂ ਰਹਿਣ ਲਗੀ ਉਹ ਦਾਵਾ ਮਿਸਤਰੀ ਵੀ ਲੜੇ ਹੋਣੇ ਕੋਈ ਅਜ ਲਿਆ ਕਰੋ ਕੋਈ ਜ਼ਿਆਦਾ ਜੀ 21500 ਰੁਪਏ ਤਾਂ ਲੈ ਨਾ ਤਾਂ ਦਿਹਾੜੀ جاری ਹੋ ਗਿਆ ਦਾਬ ਐ ਸਾਲ ਚਾਹੀਦ ਕੋਈ ਨਾ ਹੀ ਲੜਾ ਰਹਿ ਤਾਂ ਫਿਰ ਤੇ ਲਈ ਐ ਅਪਰੂਵ ਭਾਈ ਬੜੀ ਐ ਆਰੂਜ ਪਰਪੋਤੀ ਤੇ ਉਹਨੂੰ ਅੱਲਾਹ ਖੈਰ ਕੀਤੀ ਵਕਫਿਆਂ ਵਕਫਿਆਂ ਤੁਸੀਂ ਕੀ ਇਨਸ਼ਾ ਅੱਲ ਅੱਪੇ ਬਸਣਾਂ ਨਹੀਂ ਰਹਿਸੋ ਸਾਰੇ ਦੋਸਤ ਜਿਤਨੇ ਉਹ ਬੇਰੂਨ ਦੇ ਮੁਲਕ ਵਿਚ ਰਹਨੇ ਹੋ ਜਾਂ ਪਾਕਿਸਤਾਨ ਵਿਚ ਰਹਨੇ ਹੋ ਅੱਲਾ ਤੁਸਾਂ ਕੀ ਆਬਾਦ ਰੱਖੇ ਅੱਲਾ ਸਲਾਮਤ ਰੱਖੇ ਤਾਂ ਆਪਣੀਆ ਦੁਆ ਯਾਦ ਰੱਖੇ ਪਾਕਿਸਤਾਨ ਜ਼ਿੰਦਾਬਾਦ